ਤੇ ਬਾਪੂ ਜੀ ਇੱਕ ਦੋ ਗੱਲਾਂ ਹੋਰ, ਜਿਵੇਂ ਕਿਤਾਬ ਅੱਜ ਕੱਲ੍ਹ ਸਿੱਧੂ ਦੇ ਬਾਰੇ ਜਿਹੜੀ ਹੈਗੀ ਆ ਨਵੀਂ ਛਪੀ ਆ, ਉਹਦੇ ਉੱਤੇ ਤੁਸੀਂ ਮੈਨੂੰ ਲੱਗਦਾ ਕੋਰਟ 'ਚ ਵੀ ਗਏ, ਇਹਦਾ ਕੀ ਜਿਹੜਾ? ਇਹਦੇ ਬਾਰੇ ਮੈਂ ਇੱਕੋ ਹੀ ਕਹੂੰ, ਪਰਮਾਤਮਾ ਅੱਗੇ ਮੈਂ ਦੋ ਸਮੇਂ ਇਹੀ ਅਰਦਾਸ ਕਰਦਾ, ਸੱਚੇ ਪਾਤਸ਼ਾਹ ਮੈਨੂੰ ਮੇਰੇ ਪੁੱਤ ਦੇ ਦੋਸਤਾਂ ਤੋਂ ਬਚਾ, ਜਿਹੜੇ ਵੈਸੇ ਮੈਨੂੰ ਮੇਰੇ ਪੁੱਤ ਦੇ ਦੋਸਤਾਂ ਨੇ ਇੰਨਾ ਜਲੀਲ ਕੀਤਾ ਅਤੇ ਕਰ ਰਹੇ ਹੈ ਕੇਵਲ ਅਤੇ ਕੇਵਲ ਪੈਸੇ ਦੀ ਖਾਤਰ। ਕਿਉਂਕਿ ਜੇ ਤੁਹਾਡੇ ਕੋਲ ਕੋਈ ਜਾਣਕਾਰੀ ਹੈ ਤਾਂ ਮੈਂ 2.5 ਸਾਲ ਦਾ ਅਦਾਲਤਾਂ ਦੇ ਵਿੱਚ ਫਿਰਦਾ, ਕਦੇ ਤਾਂ ਮੇਰੇ ਨਾਲ ਆਓ ਪੇਸ਼ੀ 'ਤੇ, ਮੈਨੂੰ ਪਤਾ ਲੱਗ ਜੇ ਮੇਰੇ ਪੁੱਤ ਦੇ ਦੋਸਤ ਕਦੋਂ ਬਣ ਗਏ। ਅਤੇ ਮੈਂ 29 ਸਾਲਾਂ ਦੇ ਵਿੱਚ ਬਾਪ ਨਹੀਂ ਬਣ ਸਕਿਆ, ਮੈਨੂੰ ਤਾਂ ਸਮਝ ਨਹੀਂ ਆਉਂਦੀ ਉਹ ਮੇਰੇ ਨੂੰ ਜਾਣਕਾਰੀ ਕਿੱਦਾਂ ਜ਼ਿਆਦਾ ਰੱਖਦੇ ਆ, ਕਿੱਦਾਂ ਮੇਰੇ ਪੁੱਤ ਦੀ ਸਵਾਹ ਨੂੰ ਵੇਚਣ 'ਤੇ ਲੱਗੇ ਹੋਏ ਨੇ। ਔਰ ਮੈਂ ਇਹਨਾਂ ਦੋਸਤਾਂ ਬਾਰੇ ਤੁਹਾਨੂੰ ਇੱਕ ਗੱਲ ਕਲੀਅਰ ਦੱਸਦਾ, ਇਹ ਗੱਡੀ 'ਚੋਂ ਤਾਰੇ ਹੋਏ ਨੇ, ਜੇ ਸੱਚ ਬੋਲਣਾ ਜਾਣਦੇ ਦੱਸਣ ਵੀ ਸਿੱਧੂ ਨੇ ਸਾਨੂੰ ਬਲੌਕ ਕੀਤਾ ਹੋਇਆ ਸੀ। ਠੀਕ ਹੈ, ਹਰ ਇੱਕ ਦੋਸਤ ਹਰ ਇੱਕ ਦੀ ਜ਼ਿੰਦਗੀ 'ਚ ਇੱਕ ਵਾਰੀ ਆਉਂਦਾ, ਜਦੋਂ ਉਹਦੇ ਨਾਲ ਵਰਤਦਾ ਚੰਗਾ ਹੁੰਦਾ, ਅੱਜ ਤੱਕ ਵੀ ਚੱਲਦੇ ਆ। ਸਿੱਧੂ ਦੇ ਦੋਸਤ ਹੈ ਸਹਿਜ ਗਰੇਵਾਲ, ਤੇਜੀ ਗਿੱਲ, ਇੱਕ ਮੁੰਡਾ ਬਿੰਨੀ ਕਿਲਾਰ ਉੱਪਰ ਵਾਲਾ, ਦੋ ਤਿੰਨ ਦੇ ਹੁਣ ਮੈਂ ਜੀ GNE ਵੇਲੇ ਦੇ ਨਾਲ ਹੈ, ਅੱਜ ਵੀ ਸਾਡੇ ਨਾਲ ਨੇ। ਕਦੇ ਉਹਨਾਂ ਨੇ ਕੋਈ ਕਿਤਾਬ ਨਹੀਂ ਲਿਖੀ, ਕਦੇ ਉਹਨਾਂ ਨੇ ਮੇਰੇ ਪੁੱਤ ਦੀ ਸਵਾਹ ਨਹੀਂ ਵੇਚੀ, ਅੱਜ ਵੀ ਨਾਲ ਨੇ। ਇਹ ਫਰਜ਼ੀ ਦੋਸਤ ਨੇ, ਇਹ ਕੇਵਲ ਅਤੇ ਕੇਵਲ ਪੈਸੇ ਦੇ ਭੁੱਖੇ ਨੇ, ਅਤੇ ਇਹਨਾਂ ਦੇ ਖਿਲਾਫ਼ ਮੈਂ ਹਾਈ ਕੋਰਟ 'ਚ ਪਹੁੰਚ ਗਿਆ, ਮੈਂ ਡੈਫਾਮੇਸ਼ਨ ਦਾ ਕੇਸ ਕਰੂੰਗਾ ਇਹਨਾਂ ਦੇ, ਜਿਹੜੀ ਹੁਣ ਕਿਤਾਬ ਲਿਖੀ ਜੀ। ਅਤੇ ਜਿਹੜੀ ਉਦੋਂ ਪਹਿਲਾਂ ਜਪਿੰਦਰ ਗਿੱਲ ਨੇ ਲਿਖੀ ਇੱਕ, ਪਹਿਲਾਂ ਅਸੀਂ ਹੂ ਕਿੱਲ ਦੀ ਸਿੱਧੂ ਮੂਸੇਵਾਲਾ, ਉਹਦੇ ਨਾਲ ਤੁਸੀਂ ਸਹਿਮਤ ਸੀਗੇ ਜਿਹੜੀ ਪਹਿਲਾਂ ਕਿਤਾਬ ਸੀ ਹੂ ਕਿੱਲ? ਬਿਲਕੁਲ ਨਹੀਂ ਜੀ, ਮੈਂ ਤੁਹਾਨੂੰ ਕਹਾਂ ਵੀ ਮੈਂ ਤਾਂ ਹੁਣ ਆਪਣੇ ਰੂਮ ਦੇ ਵਿੱਚ ਘਰ ਦੇ ਬਾਹਰ ਲਿਖ ਕੇ ਲਾਤਾ ਵੀ ਕਿਰਪਾ ਕਰਕੇ ਸਲਾਹ ਨਾ ਦਿਓ, ਕਿਰਪਾ ਕਰਕੇ ਅਫਸੋਸ ਨਾ ਕਰੋ। ਹੁਣ ਜਿਹੜਾ ਕੋਈ ਮਿੱਤਰ ਆਉਂਦਾ ਮੈਂ ਅਫਸੋਸ ਕਰਨਾ ਬੰਦ ਕਰ ਦਿੱਤਾ ਹੈ, ਮੈਂ ਆਪਣੀ ਗੁਜ਼ਰ ਬਸਰ ਆਪਣੀ ਜਿਵੇਂ ਮੇਥੋਂ ਹੋਊਗੀ ਉਵੇਂ ਕਰਨੀ ਸ਼ੁਰੂ ਕਰ ਦਿੱਤੀ ਹੈ। ਕਿਰਪਾ ਕਰਕੇ, ਤੁਹਾਡੀ ਮਨਸ਼ਾ ਕੁਛ ਅੰਦਰੋਂ ਕੁਛ ਹੋਰ ਹੁੰਦੀ ਹੈ, ਤੁਸੀਂ ਗੱਲਾਂ ਮੇਰੇ ਨਾਲ ਕਰ ਦਿਓ, ਜਾ ਕੇ ਉੱਥੇ ਜਾ ਕੇ ਕਿਤਾਬ ਲਿਖ ਦਿੰਦੇ ਹੋ। ਹੁਣ ਮੈਂ ਤਾਂ ਡਰਦਾ ਆਪਦੇ ਪੁੱਤ ਦੀ, ਕੋਈ ਕਿਸੇ ਕੋਲ ਗੱਲ ਵੀ ਨਹੀਂ ਕਰਦਾ ਕੈਮਰੇ ਅੱਗੇ ਵੀ, ਇਹਦਾ ਕੀ ਪਤਾ ਇਹ ਕਿਤਾਬ ਵਾਲਾ ਕਿ ਲੋ ਕਾਹਦੇ ਵਾਲਾ। ਇੰਨੇ ਡਰਾਏ ਹੋਏ ਆ, ਦੁਨੀਆ ਦੇ ਮੰਨੇ ਪ੍ਰਮੰਨੇ ਅਦਾਰੇ ਉਹਦੀਆਂ ਡਾਕੂਮੈਂਟਰੀਆਂ ਚੱਕੀ ਫਿਰਦੇ। ਮੇਰੀ ਵੀ ਇੱਛਾ ਹੈਗੀ ਹੈ, ਮੈਂ ਮੇਰੇ ਪੁੱਤ ਦੇ ਸਾਰੇ ਸੰਘਰਸ਼ ਨੂੰ ਕਿਸੇ ਡਾਕੂਮੈਂਟਰੀ 'ਚ ਪਰੋਵਾਂ, ਕਿਸੇ ਫਿਲਮ 'ਚ ਪਰੋਵਾਂ, ਪਰੰਤੂ ਉਦੋਂ ਪਹਿਲਾਂ ਤਾਂ ਮੇਰੇ ਦੋਸਤ ਹੀ ਮੇਰੇ ਪੁੱਤ ਦੇ ਇੰਨੇ ਕਾਹਲੇ ਪੈ ਗਏ, ਉਹ ਕਹਿੰਦੇ ਤੂੰ ਕੌਣ ਹੁੰਦਾ, ਉਹਦੀਆਂ ਕਹਾਣੀਆਂ ਜਾਂ ਡਾਕੂਮੈਂਟਰੀਆਂ ਕਰਨ ਵਾਲਾ ਅਸੀਂ ਕਰਾਂਗੇ। ਮਤਲਬ ਤੁਸੀਂ ਜਿਹੜਾ ਇੱਕ ਤੁਹਾਡੇ ਮਨ ਦਾ ਵਿਚਾਰ ਤਾਂ ਹੈਗਾ ਕਿ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਦੀ ਕੋਈ ਡਾਕੂਮੈਂਟਰੀ, ਕੋਈ ਕਿਤਾਬ ਜਾਂ ਕੋਈ? ਬਿਲਕੁਲ ਜੀ, ਬਿਲਕੁਲ, ਕਿਉਂ ਨਹੀਂ ਕਰੂੰਗਾ ਜੀ, ਮੈਂ ਨਹੀਂ ਚਾਹੁੰਦਾ ਉਹਦੀ ਲੈਜਸੀ ਹੈ ਜਿਹੜੀ ਉਹ ਸੰਸਾਰ 'ਤੇ ਕਾਇਮ ਰਹੇ, ਪਰੰਤੂ ਮੈਂ ਕਰਾਂ ਕਿ ਹਲੇ ਇਨਵੈਸਟੀਗੇਸ਼ਨ ਦੇ ਪੜਾਅ ਬਾਕੀ ਪਏ ਨੇ, ਇਹ ਭੰਬਲ ਭੂਸੇ ਛੱਡੀ ਜਾਂਦੇ ਨੇ ਵਿੱਚ, ਇਹ ਤਾਂ ਕਹਿੰਦਾ ਜੀ ਉਹਦੇ ਪਾਸਪੋਰਟ ਵੋਟਾਂ ਤੋਂ ਪਹਿਲਾਂ ਗੁਆਚ ਗਏ ਸੀ। ਦੱਸੋ, ਵੋਟਾਂ ਵਾਲੇ ਤਾਂ ਨੋਮੀਨੇਸ਼ਨ ਸੀ ਪਾਸਪੋਰਟਾਂ ਦੇ ਨਾਲ ਕੀਤੀ ਹੈ, ਇਹ ਤਾਂ ਕਹਿੰਦਾ ਉਹਦਾ ਫੋਨ ਚੋਰੀ ਹੋ ਗਿਆ ਤਾਂ ਸ਼ਡਯੰਤਰ ਸੀ। ਕਿਹੜਾ ਸ਼ਡਯੰਤਰ ਹੈ ਭਾਈ ਤੂੰ? ਤੁਸੀਂ ਮੈਨੂੰ ਰਿਸਪੈਕਟ ਦਿੰਦੇ ਹੋ ਵੀ ਅੰਕਲ ਮੈਨੂੰ ਫੜਾਇਓ ਤੁਹਾਡਾ ਬੈਗ, ਮੈਂ ਤੁਹਾਨੂੰ ਫੜਾ ਦਿੰਦਾ ਵੀ ਮੇਰੇ ਬੱਚੇ ਵਰਗਾ ਮੇਰੀ ਇੱਜ਼ਤ ਕਰਦਾ, ਮੈਨੂੰ ਬਿਠਾਉਂਦਾ ਗੱਡੀ 'ਚ, ਅਤੇ ਤੁਸੀਂ ਜਾ ਕੇ ਮੈਨੂੰ ਦਿੰਦੇ ਨਹੀਂ ਹੈ, ਤਾਂ ਫਿਰ ਉਹ ਤਾਂ ਮੇਰਾ ਕੀ ਕਸੂਰ ਉਸ ਗੱਲ 'ਚ? ਇਹ ਸ਼ਡਯੰਤਰ ਕਿਹੜਾ ਹੋ ਗਿਆ ਇਹ? ਉਹ ਠੀਕ ਹੈ ਭਰਾਵਾ, ਜਦੋਂ ਕਿਸੇ ਦਾ ਨੌਜਵਾਨ ਪੁੱਤ ਮਰਦਾ ਨਾ, ਉਦੋਂ ਸ਼ਡਯੰਤਰ ਹੀ ਹੁੰਦੇ ਆ ਸਾਰੇ, ਜਦੋਂ ਕੋਈ ਬੰਦਾ ਲੁੱਟਿਆ ਪੱਟਿਆ ਜਾਂਦਾ ਉਦੋਂ ਸ਼ਡਯੰਤਰ ਹੀ ਹੁੰਦੇ ਆ ਸਾਰੇ। ਠੀਕ ਹੈ, ਇਹਦਾ ਨਹੀਂ ਮੈਂ ਔਕਾਤ ਵੇਖ ਰਿਹਾ, ਹਰ ਗੱਲ ਦਾ ਜਵਾਬ ਦੇਊਂਗਾ, ਕੋਈ ਗੱਲ ਨਹੀਂ, ਬੇਸ਼ੱਕ ਮੈਂ ਥੋੜ੍ਹਾ ਜਿਹਾ ਅਸਮਰਥ ਹਾਂ ਇਸ ਗੱਲ ਦੇ ਉੱਤੇ, ਇੱਕ ਥੋੜ੍ਹਾ ਇਕੱਲਾ ਵੇਖ ਕੇ ਮੈਨੂੰ ਘੇਰਿਆ ਹੋਇਆ, ਕੋਈ ਮੈਂ ਨਿਕਲ ਜੂੰਗਾ ਹੌਲੀ ਹੌਲੀ ਇਹਨਾਂ ਗੱਲਾਂ 'ਚੋਂ। ਬਾਬੂ ਜੀ, ਇੱਕ ਜਿਹੜਾ ਹੈਗਾ ਸਿੱਧੂ ਨੂੰ ਇਨਸਾਫ ਦੀ ਜਿਹੜੀ ਗੱਲ ਆ, ਕਿੱਥੋਂ ਤੱਕ ਪਹੁੰਚੇ, ਕਿੱਥੋਂ ਤੱਕ ਕਾਤਲ ਫੜੇ ਗਏ ਜਾਂ ਕੀ? ਬੇਟਾ ਹਾਲ ਦੇਖੋ, ਇਨਵੈਸਟੀਗੇਸ਼ਨ ਨੂੰ ਮੈਂ ਟੋਟਲੀ ਅਧੂਰੀ ਮੰਨਦਾ ਹਾਲੇ ਤੱਕ, ਕਿਉਂਕਿ ਇਨਵੈਸਟੀਗੇਸ਼ਨ ਜਿਹੜੀ ਪੁਲਿਸ ਨੇ ਕਰਨੀ ਸੀ ਉਹ ਕਿਸੇ ਪ੍ਰੈਸ਼ਰ ਦੇ ਅਧੀਨ ਆ, ਕਿਸੇ ਸਰਕਾਰ ਦੇ ਅੰਡਰ ਪ੍ਰੈਸ਼ਰ ਹੈ,
ਜਿੱਦਾਂ ਸਰਕਾਰ ਬਦਲੀ ਹੋਊਗੀ ਤੁਹਾਡੇ ਸਾਹਮਣੇ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਆਜੂ, ਭਾਵੇਂ ਸਰਕਾਰ ਅਕਾਲੀਆਂ ਦੀ ਬਣੇ, ਭਾਵੇਂ ਸਰਕਾਰ ਕਾਂਗਰਸ ਦੀ ਬਣੇ, ਕਿਸੇ ਵੀ ਦਲ ਦੀ ਬਣੇ, ਜਿੱਦਾਂ ਸਰਕਾਰ ਚੇਂਜ ਹੋਊਗੀ ਉਦੇ ਤੋਂ ਮੇਰੇ ਪੁੱਤ ਦਾ ਇੰਜਸਟਿਸ ਸ਼ੁਰੂ ਹੋ ਜੂਗਾ। ਹੁਣ ਕੇਵਲ ਜਿਹੜੇ ਸ਼ੂਟਰ ਨੇ, ਜਿਨ੍ਹਾਂ ਨੇ ਜਿਹੜੇ ਪਹਾੜੇ ਦੇ ਦਿਹਾੜੀਏ ਨੇ, ਪੈਸੇ ਲੈ ਕੇ ਜਿਨ੍ਹਾਂ ਨੇ ਗੋਲੀਆਂ ਮਾਰਤੀਆਂ, ਉਹ ਕੇਵਲ ਕਾਨੂੰਨ ਦੀ ਗ੍ਰਿਫਤ ਦੇ ਵਿੱਚ ਨੇ। ਬਾਕੀ ਮਾਸਟਰ ਮਾਈਂਡ, ਵੈਪਨ ਖਰੀਦਣ ਵਾਲਾ, ਵੈਪਨ ਦੇਣ ਵਾਲਾ, ਕਰੋੜਾਂ ਰੁਪਏ ਦਾ ਇੰਤਜ਼ਾਮ ਕਰਨ ਵਾਲਾ, ਉਹ ਸਾਰੇ ਹਾਲੇ ਕਾਨੂੰਨ ਦੀ ਗ੍ਰਿਫਤ 'ਚੋਂ ਬਾਹਰ ਨੇ। ਇੱਕ ਲਾਸਟ ਸਵਾਲ, ਕਈ ਵਾਰੀ ਆਪਦੇ ਦਿਮਾਗ 'ਚ, ਜਿਹੜੇ ਪੰਜਾਬ ਦੇ ਗੈਂਗਸਟਰ ਸੀ ਉਹਨਾਂ ਦਾ ਤਾਂ ਮੁਕਾਬਲਾ ਹੋ ਗਿਆ ਸੀਗਾ, ਮਤਲਬ ਦੋ ਮੁੰਡੇ ਮਾਰੇ ਗਏ ਸੀ, ਅਤੇ ਜਿਹੜੇ ਬਾਕੀ ਜਿੰਨੇ ਬਾਕੀ ਸ਼ਾਰਪ ਸ਼ੂਟਰ ਸੀ ਸਾਰੇ ਉਹ ਜਿਹੜੇ ਹੈਗੇ ਆ, ਮਤਲਬ ਦੁਨੀਆਂ ਦੇ ਜਾਂਦੇ ਆ, ਤੁਰੇ ਫਿਰਦੇ ਆ, ਇਹ ਮੰਨਦੇ ਹੋ ਪੰਜਾਬ 'ਤੇ ਕੋਈ ਡਿਸਕ੍ਰੀਮੀਨੇਸ਼ਨ? ਤਾਂ ਇਹਦੇ ਬਾਰੇ ਕੋਈ ਕਮੈਂਟ ਨਹੀਂ ਕਰਨਾ? ਦੇਖੋ ਜੀ, ਇਹ ਇੱਕ ਗੱਠਜੋੜ ਹੈ ਗੈਂਗਸਟਰਵਾਦ, ਜਿੱਦਾਂ ਪੋਲੀਟਿਕਸ ਵਿੱਚ ਪਾਰਟੀਆਂ ਰਾਜਨੀਤੀ ਕਰਦੀਆਂ ਨੇ, ਇਹ ਕੇਵਲ ਅਤੇ ਕੇਵਲ ਇੱਕ ਗੈਂਗਸਟਰ ਪੋਲੀਟਿਕਸ ਹੈ। ਸੋਚਿਆ ਸਮਝੇ ਤਰੀਕੇ ਦੇ ਤਹਿਤ ਸਭ ਕੁਝ ਕੀਤਾ ਜਾਂਦਾ, ਕਿਹਨੂੰ ਰਸਤੇ 'ਚੋਂ ਹਟਾਉਣਾ ਤੈਅ ਕੀਤਾ ਜਾਂਦਾ, ਉਹੋ ਜਿਹੇ ਸੋਰਸ ਦਿੱਤੇ ਜਾਂਦੇ ਨੇ, ਉਹੋ ਜਿਹਾ ਹਾਲਾਤ ਬਣਾਏ ਜਾਂਦੇ ਨੇ। ਜਿੱਦਾਂ ਸਾਡਾ ਸਿਕਿਉਰਿਟੀ ਵਾਪਸ ਕੀਤੀ ਗਈ, ਅਨਾਊਂਸ ਕੀਤੀ ਗਈ, ਉਸ ਤੋਂ ਬਾਅਦ ਕਿੱਡਾ ਵੱਡਾ ਹਮਲਾ ਕੀਤਾ ਜਾਂਦਾ, ਉਹੀ ਚੀਜ਼ ਹੋਣਾ। ਅਤੇ ਲਾਸਟ 'ਤੇ ਜਿਹੜੇ ਛੋਟੇ ਸਿੱਧੂ ਮੂਸੇਵਾਲ ਦਾ ਕੀ ਹਾਲ ਆ, ਲੋਕ ਪੁੱਛਣਾ ਚਾਹੁੰਦੇ? ਛੱਡਦੀ ਗੱਲ, ਪਰਮਾਤਮਾ ਨੇ ਦੁਆਵਾਂ, ਕਰੋੜਾਂ ਲੋਕਾਂ ਚਾਹੁਣ ਵਾਲਿਆਂ ਦੀਆਂ ਅਰਦਾਸਾਂ, ਸਭ ਦੇ ਪਿਆਰ ਨਾਲ ਫਿਲਹਾਲ ਤੁਹਾਡੀ ਸਿਹਤ ਅਤੇ ਮਾਤਾ ਜੀ ਦੀ ਸਿਹਤ ਠੀਕ ਹੈ? ਬਿਲਕੁਲ ਠੀਕ, ਬਿਲਕੁਲ ਠੀਕ। ਚਲੋ ਬਾਬਾ ਜੀ, ਤੁਸੀਂ ਸਮਾਂ ਦਿੱਤਾ, ਬਹੁਤ ਬਹੁਤ ਧੰਨਵਾਦ।